बीते दिन पंजाब ब्यूरो ऑफ इन्वेस्टमेंट प्रमोशन तहत प्रोग्रेसिव पंजाब इन्वेस्टर समिट 2021 का आयोजन लुधियाना विच कीता गया, जिस विच पंजाब दे मुख मंत्री सरदार चरणजीत सिंह चन्नी बतौर मुख मेहमान शामिल हुए, जिन्हां दे नाल डिप्टी चीफ मिनिस्टर श्री ओपी सोनी, सरदार गुरकीरत सिंह कोटली इंडस्ट्री एंड कॉमर्स मिनिस्टर, वित्त मंत्री पंजाब सरदार मनप्रीत सिंह बादल, कैबिनेट मिनिस्टर विजय इंद्र सिंगला, कैबिनेट मिनिस्टर राजा प्रिंग, मुख्य सकत्तर पंजाब श्री अनुरित तिवाड़ी, हुसन लाल प्रिंसिपल सैकटरी टू चीफ मिनिस्टर, श्री के यादव स्पेशल प्रिंसिपल सैकटरी टू चीफ मिनिस्टर, श्री तेजवीर सिंह प्रिंसिपल सैकटरी इंडस्ट्री एंड कॉमर्स सहित बहुत सारे मंत्रिमंडल के मैंबर, MLA साहबान, मैंबर पार्लीमेंट अते ऑफिसर्स ने शमूलियत की। इस कार्यक्रम में आए मेहमानों का स्वागत सरदार गुरकीरत सिंह कोटली मिनिस्टर फॉर इंडस्ट्री एंड कॉमर्स पंजाब ने किया। खास तौर पर पंजाब के उद्योगों में जो निवेश हो रहा है वो भी साड़ी सरकार की अहम भूमिका है। मैं कह सकता कि साडे राज विच टैक्सटाइल, एग्रो आधारित उद्योग, आटोमोटिवस, आटो कंपोनेंट्स, खेडां दे समान वर्गे खेत्रां विच बहुत वड्डे पद्धर ते असी निवेश करन विच कामयाब होए हां। पंजाब साडा धागा, रेडीमेड गारमेंट्स, हौजरी अते टैक्सटाइल आधारित जिहड़े उद्योग ने उहनां दे इक प्रमुख केंद्र वजों उभरिया। ਇਹਦੇ ਲਈ ਵੀ ਸਰਕਾਰ ਦੇ ਯਤਨਾਂ ਦੀ ਭਰਪੂਰ ਜਿਹੜੀ ਆ ਉਹ ਲੋਕ ਸ਼ਲਾਘਾ ਕਰ ਰਹੇ ਨੇ। ਉਸ ਦੇ ਨਾਲ ਨਾਲ ਸਾਨੂੰ ਮਾਣ ਹੈ ਕਿ ਲੁਧਿਆਣਾ ਇੰਡਸਟਰੀਅਲ ਹੱਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਔਰ ਅਸੀਂ ਚਾਹਾਂਗੇ ਕਿ ਪੰਜਾਬ ਰਾਜ ਵਿੱਚ ਉਦਯੋਗ ਨੂੰ ਹੋਰ ਬਿਹਤਰ ਬਣਾਉਣ ਲਈ ਉੱਚੇ ਅਸੀਂ ਕਦਮ ਚੁੱਕ ਰਹੇ ਹਾਂ। ਅੱਜ ਵੀ ਮੁੱਖ ਮੰਤਰੀ ਜੀ, ਕਿਉਂਕਿ ਸਵੇਰੇ 9:30 ਵਜੇ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋ ਕੇ ਹਟੀ ਹੈ, ਔਰ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਸਾਡੇ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਹੁਤ ਵੱਡੇ ਵੱਡੇ, ਖਾਸ ਕਰਕੇ ਜੋ ਇੰਡਸਟਰੀ ਦੇ ਨਾਲ ਤਾਲੁਕ ਰੱਖਦੇ ਮੁੱਦੇ ਨੇ ਉਹਨਾਂ ਦੀ ਅਨਾਊਂਸਮੈਂਟ ਕੀਤੀ ਹੈ। ਇਸ ਸਮਿਟ ਬਾਰੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ CEO ਇਨਵੈਸਟ ਪੰਜਾਬ ਸ਼੍ਰੀ ਰਜਤ ਅਗਰਵਾਲ IAS ਨੇ ਕਿਹਾ ਕਿ ਦੈਟ ਦ ਗਵਰਨਮੈਂਟ ਐਂਡ ਇੰਡਸਟਰੀ ਸ਼ੁੱਡ ਕਮ ਟੁਗੈਦਰ ਐਸ ਪਾਰਟਨਰਸ। ਸੋ ਵੀ ਹੈਵ ਪਾਰਟਨਰਡ ਵਿਦ ਆਲ ਸਟੇਕ ਹੋਲਡਰਸ, ਚਾਹੇ ਇੰਡਸਟਰੀ ਹੋ, ਚਾਹੇ ਇੰਡਸਟਰੀ ਐਸੋਸੀਏਸ਼ਨਸ ਹੋਣ, ਚਾਹੇ ਕੰਟਰੀਜ਼ ਹੋਣ, ਚਾਹੇ ਐਮਬੈਸੀਜ਼ ਹੋਣ, ਸਾਰਿਆਂ ਨਾਲ ਇੱਕ ਪਾਰਟਨਰਸ਼ਿਪ ਦੀ ਭੂਮਿਕਾ ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ 'ਚ ਅਦਾ ਕੀਤੀ ਹੈ। ਪਿਛਲੇ 15 ਦਿਨ ਦੇ ਵਿੱਚ ਮਾਨਯੋਗ CM ਸਾਹਿਬ ਦੇ ਪੱਧਰ 'ਤੇ ਵੀ 3 ਮੀਟਿੰਗਾਂ ਇੰਡਸਟਰੀ ਦੇ ਨਾਲ ਹੋ ਚੁੱਕੀਆਂ ਨੇ। ਇਹ ਦਰਸਾਉਂਦਾ ਹੈ ਕਿ ਇੰਡਸਟਰੀ ਸਰਕਾਰ ਦੀ ਕਿੰਨੀ ਇੰਪੋਰਟੈਂਟ ਪ੍ਰਾਇਓਰਿਟੀ ਹੈ। ਸਾਲ ਦਰ ਸਾਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਪਾਵਰ ਸਬਸਿਡੀ ਇਨਕਰੀਜ਼ ਹੋ ਰਹੀ ਹੈ। ਇਸ ਸਾਲ ਦਾ ਅਨੁਮਾਨ ਤਕਰੀਬਨ 2.25 ਹਜ਼ਾਰ ਕਰੋੜ ਰੁਪਏ ਦਾ ਇੰਡਸਟਰੀ ਨੂੰ ਪਾਵਰ ਸਬਸਿਡੀ ਦਾ ਆਏਗਾ ਜੋ ਐਕਚੁਅਲ 'ਚ ਦਿੱਤੀ ਗਈ। ਟੈਕਸ ਰਿਫੰਡਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹਨੂੰ ਫਾਸਟ ਕੀਤਾ ਗਿਆ। GST, VAT ਧੀਰੇ ਧੀਰੇ, ਹੌਲੀ ਹੌਲੀ ਆ ਰਿਫੰਡ ਹੁਣ ਟਾਈਮਲੀ ਹੋ ਚੁੱਕੇ ਨੇ। ਪੋਲਿਊਸ਼ਨ ਕੰਟਰੋਲ ਬੋਰਡ ਇੱਕ ਹੋਰ ਪੈਰਾਮੀਟਰ ਹੈ ਕਿ ਕੀ ਪੋਲਿਊਸ਼ਨ ਕੰਟਰੋਲ ਬੋਰਡ ਦੀ ਕੰਸੈਂਟਾਂ ਇੰਡਸਟਰੀ ਨੇ ਲਈ ਹੈ। ਇਹਦਾ ਮਤਲਬ ਨਵੀਂ ਇੰਡਸਟਰੀ ਅਤੇ ਐਕਸਪੈਂਸ਼ਨ ਪ੍ਰੋਜੈਕਟਸ ਪੰਜਾਬ 'ਚ ਆਏ ਨੇ। ਇਹ ਪੋਲਿਊਸ਼ਨ ਕੰਟਰੋਲ ਬੋਰਡ ਦਾ ਡੇਟਾ ਹੈ। ਤਕਰੀਬਨ ਨਵੀਂ ਇੰਡਸਟਰੀ ਵਾਸਤੇ 750 ਕੇਸਿਸ ਦਾ ਐਵਰੇਜ, ਐਂਡ ਕੰਸੈਂਟ ਟੂ ਆਪਰੇਟ ਕਿਉਂਕਿ ਪੁਰਾਣੇ ਵੀ ਪ੍ਰੋਜੈਕਟਸ ਹੈਗੇ ਹੈ, 1450 ਦਾ ਤਕਰੀਬਨ ਐਵਰੇਜ ਉਹਦਾ ਆਉਂਦਾ। ਇਸ ਮੌਕੇ ਤੇ ਪੰਜਾਬ ਦੇ ਉੱਘੇ ਉਦਯੋਗਪਤੀਆਂ ਵੱਲੋਂ ਮੰਚ ਤੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਆਈ ਵਿਲ ਟੇਕ ਦਿਸ ਓਪਰਚੁਨਿਟੀ ਟੂ ਕੰਗ੍ਰੈਚੁਲੇਟ ਦੀ ਸਟੇਟ ਗਵਰਨਮੈਂਟ ਫਾਰ ਦਿਸ ਸਸਟੇਨੇਬਲ ਐਫਰਟ। ਓਵਰ ਦਾ ਲਾਸਟ ਫਿਊ ਈਅਰਸ ਪੰਜਾਬ ਹੈਜ਼ ਇਸਟੈਬਲਿਸ਼ਡ ਇਟਸੈਲਫ ਐਜ਼ ਵਨ ਆਫ ਦਾ ਫਾਸਟ ਐਮਰਜਿੰਗ ਇੰਡਸਟਰੀਅਲ ਐਂਡ ਮੈਨੂਫੈਕਚਰਿੰਗ ਪਾਵਰ ਹਾਊਸਿਸ ਇਨ ਦਾ ਕੰਟਰੀ। ਦਾ ਪੋਸੀਬਿਲਿਟੀਜ਼ ਇਨ ਪੰਜਾਬ ਆਰ ਇਨਕਰੀਜ਼ਿੰਗ ਡੇ ਬਾਈ ਡੇ, ਦਾ ਬ੍ਰੈਡ ਬਾਸਕਿਟ ਆਫ ਇੰਡੀਆ। ਪੰਜਾਬ ਇਜ਼ ਦੀ ਲੈਂਡ ਆਫ ਅਨਲਿਮਿਟਡ ਓਪਰਚੁਨਿਟੀਜ਼। ਦਿਸ ਈਅਰਸ ਫੋਰਥ ਐਡੀਸ਼ਨ ਆਫ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ would encourage businessmen and industrialists to invest in our state. As an investor in Punjab, our company, the Sukhjeet Starch and Chemicals, started operations in Fagwada in 1943 and now has units across the country. The company made its most recent investment of around 300 crores simultaneously in 2 projects which were operationalized during COVID-19. This makes our presence in Punjab, our home state, largest so far. This is the confidence we have in the state of Punjab. From providing employment to more than 600 people directly and 6,000 indirectly, and many families,
we are hoping to create sustainable livelihoods in the state. Every journey is filled with challenges, so was ours. As a popular book character states, is the journey more important or the destination? The reply received is the company that you keep. These projects were conceptualized in 2014 when Sri Anirudh Tiwari ji was the CEO of Invest Punjab at the start of our journey. From handholding Sukhjit Mega Food Park in seeking central regulatory clearances including groundwater from CGWA and recommending the project to Ministry of Food Processing. Today's Investor Summit event is a declaration of Punjab's determination to engage and create partnerships in providing opportunities to all and have an unparalleled growth for the state. Punjab has come a long way on the path towards industrialization and is becoming one of the top preferred investment destinations of a nation. Recently, we have seen Punjab has got investments of over 2,700 units and the investment is close to 1 lakh crore rupees, which has never happened in the last few decades, I can say. And 3 lakh logon ko employment di gayi hai through the new investments in the state. Our Honorable CM and his capable team of ministers has a very grand vision and infectious enthusiasm to turn the industrial dream of a state into reality. Being at the forefront for Punjab is nothing new. Has been a cradle of spiritual quest, cultural synthesis, and human development for thousands of years. It has been the birthplace of patriots, freedom fighters, martyrs, and brave soldiers. Our Punjabis are now brand ambassadors in every walk of life in India and abroad. Punjab as a state has ample resources available to support its industrial growth and a very rich culture and heritage to live a happy and joyful life. Over the years, Punjab has built state-of-the-art infrastructure, rail and road network connectivity in the every corner of the state, available surplus and uninterrupted power supply, very hard-working and dedicated human resource. Sanjin was started as a small livestock farm in South Korea in 1973 and evolving into a major livestock and food companies in South Korea with a sales of the $1.5 billion. Also, Sanjin is successfully running overseas businesses for 25 years in Philippines, Vietnam, and Myanmar, and China. Sanjin is now expanding in India, which can replace China in the future. We started as a micro sector unit in Ludhiana, and we have grown to an Indian MNC. We have operation in Eastern Europe also. So it is because of the atmosphere of industry in Punjab. We can't get this type of atmosphere in other states. Currently, we are operating in many states, Punjab, Haryana, Gujarat, Rajasthan. So Punjab is the best. We have started one plant in Gujarat and same time we started here in Punjab. In Punjab, we completed in 9 months, whereas in Gujarat, it took us 1.5 years. Chief Minister Saab ne takeover karan de pehle mahine de andar andar 5 industry interactions kitiyan. It really ona da industry te focus show karda hai. Mainu khud ona naal katto kat 2 te 3 forum te milan ta mauka milya. Te industry nahi, main ona de bare padda rehna. ਉਹਨਾਂ ਨੇ ਹਰ ਖੇਤਰ ਵਾਸਤੇ ਬੀਟ ਐਗਰੀਕਲਚਰ ਬੀਟ ਪਾਵਰ ਬੀਟ ਸਪੋਰਟਸ 1 ਮਹੀਨੇ ਦੇ ਅੰਦਰ ਅੰਦਰ ਸਭ ਸੈਕਟਰਾਂ ਨੂੰ ਧਿਆਨ ਦਿੱਤਾ ਹੈ ਆਵਰ ਆਨਰੇਬਲ ਚੀਫ ਮਿਨਿਸਟਰ ਸਰਦਾਰ ਚਰਨਜੀਤ ਚੰਨੀ ਜੀ ਇਜ਼ ਅ ਗ੍ਰੇਟ ਵਿਜ਼ਨਰੀ ਹਾਰਡ ਵਰਕਿੰਗ ਐਂਡ ਮੋਸਟ ਅਸੈਸੇਬਲ ਚੀਫ ਮਿਨਿਸਟਰ ਹੀ ਹੈਜ਼ ਅਸ਼ੋਰਡ ਦੈਟ ਹੀ ਵਿਲ ਡੂ ਐਵਰੀਥਿੰਗ ਰਿਕੁਆਇਰਡ ਫਾਰ ਦੀ ਪ੍ਰਮੋਸ਼ਨ ਆਫ ਦੀ ਇੰਡਸਟਰੀ ਐਂਡ ਟੂ ਜਨਰੇਟ ਇੰਪਲੋਇਮੈਂਟ ਓਪਰਚੁਨਿਟੀਜ਼ ਪੰਜਾਬ ਇਜ਼ ਬੇਸਿਕਲੀ ਐਨ ਐਗਰੀਕਲਚਰ ਸਟੇਟ being contributing to the food security of India as per vision of the Honorable Chief Minister. Now more employment opportunities can only be generated with the industrialization of the state. One of the fundamentals that any entrepreneur, including myself, would look into while planning the investment is the good industrial policy, where policy decisions are quickly taken and implemented. This summit has provided us an opportunity to convey our heartfelt thanks to the government of Punjab for introducing Invest Punjab scheme.
I would like to highlight some of the initiatives taken by us. We are currently in the process of investing 600 crores in Punjab in a phased manner, comprising of 400 crore for expansion at our Malerkotla unit and 200 crore for modernization at our Ludhiana unit, with the purpose to increase productivity and employment generation. The modernization of our plant will help us in producing quality product at par with global standard and optimize the cost of production through better efficiencies. Sonalika ITL Samuh de Vice Chairman Shri Amrit Sagar Mittal ne is summit nu yaadgari ate durandeshi dassya. Ohna keha ki shayad eh pehli var hoya hai ki kua pyaase ke paas aaya hai. सीएम साहब आज तक सानू किसी ने घर आके नहीं सी पूछया, ये पहली बार होया कि तुसी अपने रुझेवे चंडीगढ़ तो छड़े तो साढ़े इत्थे बैठे सांझ कीती साढ़े नाल और साड़ी गल सुनन दी कोशिश कीती। सर तुसी खुद जमीन दे नाल जुड़े दे हो और जो जमीन दे नाल जुड़िया दा बंदा कितने रिस्पोंसिबल पोजीशन चाहता है तो नया मैं समझदा इतिहास लिखा जाता है। फ्रॉम लॉग हट्स टू वाइट हाउस दा कहानी तुसी सब ने सुनी होनी है, अब्राहम लिंकन दी कहानी जिसने अमरीका दा इतिहास बदल दिता। तो चन्नी जी सानू उम्मीद है तुसी भी पंजाब दा इतिहास बदलोगे। सल्यूट टू यू। सर मैं इंडस्ट्री बारे ज़्यादा गल नहीं करूँगा, बहुत लोग कह चुके ने, पर अपॉर्चुनिटीज़ बहुत ज़्यादा ने। दुनिया के अंदर लिक्विडिटी बहुत है, जापान च, यूरोप च, बैंकों च जे आप पैसे जमा कराइए तो नैगेटिव रेट ऑफ इंटरेस्ट, यानी बैंकों पैसे जमा करा के थानू बैंकों नाल चार्ज देने पैंदे है पैसे रखना। पापुलेशन यूरोप दी, जापान दी, बुजुर्ग लोग हो रहे हैं। जापान दी एवरेज जिहड़ी पापुलेशन है सर वो 70 साल है। नौजवान नवे बच्चे पैदा नहीं कर रहे तो उन्हां कोले ना ते हाथ करन काम करने वाले हाथ ने ते पैसा उन्हां कोले खुला है। तो इस वक्त ये जिहड़ियां अपॉर्चुनिटीज़ ने इन्हां नूं इनकैश करन दा वक्त है सर। जर्मनी दे अंदर जिहड़ी स्मॉल ते मीडियम इंडस्ट्री है वो GDP नूं 60% कंट्रीब्यूट करती है। तो सर सिर्फ बड़ी इंडस्ट्री ने ही ये चेंज नहीं लेके आनी, जेड़ी स्मॉल ते मीडियम इंडस्ट्री है वो भी बहुत बड़ी कंट्रीब्यूशन पंजाब दी इकोनमी च और ग्रोथ च लेके आ सकती। मेरी रिक्वेस्ट है कि जे पंजाब सरकार दोबारा इनिशिएटिव लवे और कुछ हद तक बहुत ममूली गल सर कि थोड़ी सबसिडाइज्ड उस ट्रांसपोर्टेशन दी आपां भी कर दिए और उस तो भी सौखा काम यह है सर कि जड़ी गुड्स ट्रेन है और 100-150 करोड़ सर एक ट्रेन तैयार हो जाती है तो सरकार वही 2-3 ट्रेना पा दे ते जड़ा ट्रांसपोर्ट का किराया है, रेलवे का किराया लुधियाना के उत्तों बॉम्बे पोर्ट तक उसके तो भी कट जाए। ट्राइडेंट ग्रुप के चेयरमैन श्री रजिंदर गुप्ता ने इस समिट नूं बहुत ही सार्थक अते दूरंदेशी दस्या। उन्हां कहा कि I must confess, and this is my feel for every Punjabi who has, we are really proud of Punjabis who has gone across country and across the world, but let me say, the bliss in working Punjab, the social capital, what will bring while working in Punjab, the amount of social capital, the amount of bliss, what we say, जंगल में मोर नाचा किसने देखा, जब पंजाब में आप काम करते हैं, we really help our own society, our own community, that's the biggest bliss what we draw, sir, and that's the way we'd like to serve the state of Punjab,
today that resources has gone to a much bigger platform, and I today would like to say that the seeds what the state government has done, or especially the PSADC did at one time, today I would like very humbly like to announce that priority is committed to invest more than 2,000 crore in next 18 months in the state of Punjab. ਉਦਯੋਗ ਜਗਤ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੇ ਸਾਡੀ ਟੀਮ ਰਾਹੀਂ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਟਰੈਕਟਿੰਗ ਇਨਵੈਸਟਮੈਂਟ ਬੜਾ ਇੰਪਰੂਵ ਹੋਏਗਾ। ਮੈਂ ਕੱਲ੍ਹ ਵੀ ਜਿਹੜਾ ਵਰਚੁਅਲ ਸੈਸ਼ਨ ਸੀ ਉਹ ਅਟੈਂਡ ਕੀਤਾ ਸੀ, ਉਹਦੇ 'ਚ ਜਿੰਨੇ ਵੀ ਵੱਡੇ ਇੰਡਸਟਰੀਅਲਿਸਟ ਹੈ ਸਾਰਿਆਂ ਨੇ ਪਾਰਟੀਸਪੇਟ ਕੀਤਾ ਸੀ, ਔਰ ਮੈਨੂੰ ਇਹ ਪੂਰਾ ਯਕੀਨ ਹੈ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਉਹ ਪੰਜਾਬ ਦਾ ਟਾਈਮ ਹੈ, ਔਰ ਪੰਜਾਬ ਦੀ ਇੰਡਸਟਰੀ ਕਾਫੀ ਜ਼ਿਆਦਾ ਤਰੱਕੀ ਕਰੇਗੀ, ਔਰ ਸਰਕਾਰ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈ ਬੜੇ ਸ਼ਲਾਘਾ। ਇਹ ਜਿਹੜਾ ਇਨੀਸ਼ੀਏਟਿਵ ਹੈਗਾ ਪੰਜਾਬ ਗਵਰਨਮੈਂਟ ਵੱਲੋਂ ਰਿਗਾਰਡਿੰਗ ਦਿਸ ਇੰਡਸਟਰੀਅਲ ਸਮਿਟ, ਦਿਸ ਇਜ਼ ਅ ਵੈਰੀ ਪੋਜ਼ਿਟਿਵ ਓਪਰਚੁਨਿਟੀ। ਜਿਹੜੇ ਵੀ ਇੰਡਸਟਰੀ ਨੂੰ ਨਵੀਂ ਪਾਲਿਸੀ ਦੇ ਬਾਰੇ, ਨਵੀਂ ਇਨਵੈਸਟਮੈਂਟ ਓਪਰਚੁਨਿਟੀਜ਼, ਅਤੇ ਇਹਦੇ ਵਿੱਚ ਆਪਣਾ ਜਿਹੜਾ ਆਪਣਾ ਪਲੇਟਫਾਰਮ ਹੈਗਾ ਇਹਦੇ ਵਿੱਚ ਆਪਣੇ ਆਪ ਨੂੰ ਪ੍ਰੋਜੈਕਟ ਕਰ ਸਕਦੇ ਹੈਗੇ, ਕੀ ਰਿਕੁਆਇਰਮੈਂਟ ਉਹਨਾਂ ਦੀ, ਕੀ ਸਟੇਟ ਗਵਰਨਮੈਂਟ ਦੀ ਪਾਲਿਸੀਜ਼ ਹੈ। ਐਂਡ ਦੀ ਚੀਫ ਮਿਨਿਸਟਰ ਇਜ਼ ਵੈਰੀ ਵੈਰੀ ਅਗਰੈਸਿਵ ਐਂਡ ਵੈਰੀ ਇੰਡਸਟਰੀ ਫਰੈਂਡਲੀ, ਅਤੇ ਉਹਨਾਂ ਨੇ ਇਹ ਭਰੋਸਾ ਦਿਲਾਇਆ ਹੈਗਾ ਕਿ ਜੋ ਵੀ ਇੰਡਸਟਰੀ ਨੂੰ ਚਾਹੀਦਾ ਹੈਗਾ ਉਹ ਇਮੀਡੀਏਟਲੀ ਉਹਨਾਂ ਦੀ ਪ੍ਰੋਬਲਮਸ ਜਾਂ ਇਸ਼ੂਜ਼ ਨੂੰ ਰਿਜ਼ੋਲਵ ਕਰੂਗੇ, ਐਂਡ ਵਟ ਐਵਰ ਇਜ਼ ਟੂ ਬੀ ਡਨ ਇਟ ਵਿਲ ਬੀ ਡਨ ਫੋਰ ਦੀ ਬੈਨੀਫਿਟ ਆਫ ਦੀ ਇੰਡਸਟਰੀ। ਦਿਸ ਇਜ਼ ਏ ਗ੍ਰੇਟ ਓਪਰਚੁਨਿਟੀ ਫੋਰ ਆਲ ਆਫ ਦੀ ਇੰਡਸਟਰੀਜ਼ ਇਨ ਪੰਜਾਬ ਦੈਟ ਦਿਸ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਇਜ਼ ਹੈਪਨਿੰਗ ਇਨ ਪੰਜਾਬ। ਸੋ ਦਿਸ ਇਜ਼ ਏ ਵੈਰੀ ਗੁੱਡ ਗੈਸਚਰ ਬਾਏ ਪੰਜਾਬ ਗਵਰਨਮੈਂਟ, ਐਂਡ ਵੀ ਇੰਡਸਟਰੀ ਵਿਲ ਗੈਟ ਆਲਵੇਜ਼ ਏ ਵੈਰੀ ਬਿਗ ਸਪੋਰਟ ਸਪੈਸ਼ਲੀ ਫਰੋਮ ਇਨਵੈਸਟ ਪੰਜਾਬ, where all the clearances, all the approvals we are getting on time in single window clearance. There is a very good infrastructure available in Punjab. Road, rail connectivity is very good in Punjab. The atmosphere for industry, there is no labor rest. We are running from in the industry from last 3 years, but we have never faced any kind of problem in Punjab. So for me, Punjab state is a very good state and a very good opportunity for any industry or for the new industry to set up. Dekho, ye Punjab government investment Punjab layi, investment leon layi bahut vadda uprala kar rahi aa. Chandigarh ch meeting vi hoi, Ludhiane cabinet meeting hoi, fir itthe aa Kings Villa ek resort aa bahut vadhiya, ode ch sare industrialistan nu bulaya hoya, mukh mantri ji, industry minister ਔਰ ਸਾਰੇ ਮਿਨਿਸਟਰ ਆ ਰਹੇ ਆ, ਚੀਫ ਸੈਕਟਰੀ, ਸਭ ਲੋਕ ਆ ਰਹੇ ਆ, ਅਸੀਂ ਸਾਰੇ ਪੋਲੀਟੀਸ਼ੀਅਨ ਆਏ ਹੋਏ ਹਾਂ, ਔਰ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਬਹੁਤ ਸਾਰੇ ਇੰਡਸਟਰੀਅਲਿਸਟਾਂ ਨਾਲ ਗੱਲ ਕਰਕੇ ਆਇਆ, ਉਹ ਸਾਰੇ ਬਹੁਤ ਖੁਸ਼ ਨੇ, ਉਹ ਕਹਿ ਰਹੇ ਆ ਕਿ ਇਹ ਸਭ ਬਹੁਤ ਵਧੀਆ ਉਪਰਾਲਾ ਔਰ ਅਸੀਂ ਇਨਵੈਸਟਮੈਂਟ ਕਰਾਂਗੇ। ਕਰੀਬ ਕਰੀਬ 1,00,000 ਕਰੋੜ ਦੀ ਕਮਿਟਮੈਂਟ ਪੰਜਾਬ ਨੂੰ ਹੋ ਗਈ ਆ, ਹੋਰ ਵੀ ਅੱਜ ਬਹੁਤ ਸਾਰੀ ਹੋਊਗੀ। ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਔਰ ਸਾਡੇ ਸਾਰੇ ਮੰਤਰੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਜਿਹੜਾ ਉਪਰਾਲਾ ਕੀਤਾ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ। ਇਹਦਾ ਫਸਟ ਟਾਈਮ ਹੈ ਵੀ ਪ੍ਰੋਗਰੈਸਿਵ ਇਨਵੈਸਟਰ ਜਿਹੜਾ ਸਬਮਿਟ ਹੈ ਉਹ ਲੁਧਿਆਣੇ 'ਚ ਹੋ ਰਿਹਾ, ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅੱਜ ਜਿਹੜੀ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਹੈ ਉਹ ਇਨਵੈਸਟਰ ਦੇ ਕਰਨਗੇ ਸਨਮੁੱਖ, ਅਤੇ ਬਹੁਤ ਭਾਰੀ ਜਿਹੜਾ ਉਤਸ਼ਾਹ ਆ। ਤੁਸੀਂ ਦੇਖੋ ਕਿਵੇਂ ਜਿਹੜੇ ਇਨਵੈਸਟਰ ਹੈ ਆਲ ਓਵਰ ਇੰਡੀਆ ਤੋਂ ਨਹੀਂ, ਬਾਹਰਲੇ ਮੁਲਕਾਂ ਤੋਂ ਵੀ ਇਨਵੈਸਟਰ ਇੱਥੇ ਆਏ ਹੋਏ ਆ। ਸੋ ਇਹ ਪਹਿਲਾ ਮੌਕਾ ਆ ਕਿ ਇਨਵੈਸਟਰ ਦਾ ਪੰਜਾਬ ਦੇ ਵਿੱਚ ਇਨਵੈਸਟ ਕਰਨ ਦਾ ਜਿਹੜਾ ਰੁਝਾਨ ਹੈ, ਕਿਉਂਕਿ ਪੰਜਾਬ ਦੀ ਜਿਹੜੀ ਇੰਡਸਟਰੀਅਲ ਪਾਲਿਸੀ ਹੈ ਸਾਰੀ ਇੰਡੀਆ ਦੇ ਵਿੱਚੋਂ ਸਭ ਤੋਂ ਬੈਸਟ ਜਿਹੜੀ ਹੈ ਇੰਡਸਟਰੀ ਪਾਲਿਸੀ ਅੱਜ ਪੰਜਾਬ ਦੀ ਹੈ। ਵੀ ਆਰ ਹੇਅਰ ਇਨ ਇਨਵੈਸਟ ਪੰਜਾਬ ਟੂਡੇ 2021, ਇਟਸ ਅ ਗ੍ਰੇਟ ਟਰਨ ਆਊਟ ਹੇਅਰ, ਐਂਡ ਆਈ ਐਮ ਰੀਲੀ ਲੁਕਿੰਗ ਫੋਰਵਰਡ ਟੂ ਹੈਵਿੰਗ ਅ ਗ੍ਰੇਟ ਸ਼ੋ। ਲੈਟ ਆਲ ਪੀਪਲ ਕਮ ਟੂ ਪੰਜਾਬ ਐਂਡ ਰੀਅਲੀ build the ecosystem for all the business here in Punjab. We are here at Progressive Punjab today to listen to the honorable CM and other dignitaries of the industries of Punjab, and this is a quite a big show, and it will be a very progressive event for the industries of Punjab. And I'm sure a lot of investments, lot of investors, a lot of new avenues will be opened today,
and we'll have a great show. It is good chance to invest in Punjab. I'm very happy to participate this summit. Okay, and then investment in Punjab giving us good opportunity to invest in Punjab. We want to invest more and more, and then we are initiating to invest in Punjab to construct our feed mill. That is just the start of our business. So we want to expand our business in the border. ਸਾਨੂੰ ਇਸ ਗਰੋਥ ਵਾਸਤੇ ਪੰਜਾਬ ਗਵਰਨਮੈਂਟ ਅਤੇ ਇਨਵੈਸਟ ਪੰਜਾਬ ਵੱਲੋਂ ਬਹੁਤ ਹੀ ਚੰਗੀ ਸਪੋਰਟ ਮਿਲੀ ਹੈ ਅਤੇ ਇਸ ਕਰਕੇ ਅਸੀਂ ਇੰਨੇ ਘੱਟ ਟਾਈਮ 'ਚ ਇੰਨਾ ਜਲਦੀ ਗਰੋ ਕਰ ਸਕੇ। ਮੇਰਾ ਮੰਨਣਾ ਹੈ ਕਿ ਜਿੱਦਾਂ ਦਾ ਇੱਥੇ ਪੰਜਾਬ 'ਚ ਇਨਫਰਾਸਟਰਕਚਰ ਅਵੇਲੇਬਲ ਹੈ, ਮੈਨ ਪਾਵਰ ਅਵੇਲੇਬਲ ਹੈ, ਅਤੇ ਜਿੱਦਾਂ ਆਈ ਟੀ ਪਾਰਕ ਲੈਟਸ ਮੋਹਾਲੀ ਦਾ ਲੈ ਲਈਏ, ਏਅਰਪੋਰਟ ਦੇ ਬਿਲਕੁਲ ਨਾਲ ਹੈ, ਬਹੁਤ ਚੰਗੀ ਰੈਜੀਡੈਂਸ਼ੀਅਲ ਉਹਦੇ ਕੋਲ ਅਵੇਲੇਬਲ ਹੈ, ਤਾਂ ਬਹੁਤ ਅੱਗੇ ਪੋਟੈਂਸ਼ੀਅਲ ਹੈ ਆਈ ਟੀ ਦਾ ਗਰੋ ਕਰਨ ਵਾਸਤੇ। ਕੋਵਿਡ ਦੇ ਦੌਰਾਨ ਲੋਟ ਆਫ ਕੰਪਨੀਜ਼ ਆਰ ਲੁਕਿੰਗ ਐਟ ਕਿ ਅਸੀਂ ਆਪਣੇ ਇੰਪਲੋਈਜ਼ ਵਾਸਤੇ ਹਾਈਬ੍ਰਿਡ ਮਾਡਲ ਵਰਕਿੰਗ ਲੈ ਕੇ ਆਈਏ, ਜਿਸ 'ਚ ਉਹਨਾਂ ਨੂੰ ਉਹਨਾਂ ਦੇ ਘਰ ਦੇ ਕੋਲ ਸੈਟੇਲਾਈਟ ਆਫਿਸਿਸ ਖੁੱਲ੍ਹ ਸਕਣ। ਤਾਂ ਇਹ ਇੱਕ ਵੱਡੀ ਓਪਰਚੁਨਿਟੀ ਹੈ ਪੰਜਾਬ ਲਈ ਕਿ ਅਸੀਂ ਹੋਰ ਇੱਥੇ ਆਈ ਟੀ ਗਰੋ ਕਰਕੇ, ਆਲਰੇਡੀ 50,000 ਤੋਂ ਜ਼ਿਆਦਾ ਪ੍ਰੋਫੈਸ਼ਨਲ ਹੈ, ਅਸੀਂ ਇਹਨੂੰ 1,00,000 ਤੋਂ ਉੱਤੇ ਵੀ ਲੈ ਕੇ ਜਾ ਸਕਦੇ। ਇਹ ਬਹੁਤ ਅੱਛਾ ਇਨੀਸ਼ੀਟਿਵ ਹੈ ਜੀ। ਸੀ ਐੱਮ ਸਾਹਿਬ ਖੁਦ ਚੱਲ ਕੇ ਆਏ, ਲੋਕਾਂ 'ਚ ਬੈਠੇ, ਮੌਕੇ 'ਤੇ ਔਨ ਦੀ ਸਪੋਟ ਨਾ ਸਿਰਫ ਉਹਨਾਂ ਦੀਆਂ ਮੁਸ਼ਕਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਨਾਲ ਨਾਲ ਇਮੀਡੀਏਟ ਮੌਕੇ 'ਤੇ ਹੀ ਬਹੁਤ ਸਾਰੀ ਚੀਜ਼ਾਂ ਦਾ ਹੱਲ ਵੀ ਕੀਤਾ, ਅਨਾਊਂਸਮੈਂਟਸ ਕੀਤੀਆਂ। ਔਰ ਜਿਹੜੀਆਂ ਚੀਜ਼ਾਂ ਬੜੀ ਦੇਰ ਤੋਂ ਲਟਕਦੀਆਂ ਆ ਰਹੀਆਂ ਸੀ, ਔਰ ਡਿਸੀਜਨ ਨਹੀਂ ਸੀ ਹੋ ਰਹੇ, ਇੰਸਟੀਟਿਊਸ਼ਨਲ ਟੈਕਸ ਸੀ, ਪੁਰਾਣੇ ਵੈਟ ਦੇ ਕੇਸਿਸ ਸੀ, ਮੈਨੂੰ ਹੈਰਾਨੀ ਆ ਕਿ ਇੱਕ ਝਟਕੇ 'ਚ ਅੱਜ ਉਹਨਾਂ ਨੇ ਡਿਸੀਜਨ ਲਏ, ਔਰ ਇਹਦੇ ਨਾਲ ਬਹੁਤ ਹੀ ਅੱਛਾ ਮੈਸੇਜ ਗਿਆ ਸਾਰੀ ਇੰਡਸਟਰੀ ਨੂੰ। ਲੋਕ ਬਹੁਤ ਖੁਸ਼ ਹੈ ਇੰਡਸਟਰੀ ਵਾਲੇ ਲੁਧਿਆਣਾ 'ਚ, ਮੈਂ ਉਹਨਾਂ ਦੀ ਤਾਲੀਆਂ ਦੀ ਗੂੰਜ ਦੇਖੀ, ਤਾਂ ਐਵਰੀਬਡੀ ਵਾਜ਼ ਵੈਰੀ ਹੈਪੀ। ਮੈਂ ਮਾਨਯੋਗ ਸੀ ਐੱਮ ਸਾਹਿਬ ਦਾ ਬੜਾ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਇੱਕ ਇਨਵੈਸਟਰ ਕਾਨਫਰੰਸ, ਸਪੈਸ਼ਲੀ ਪੰਜਾਬ ਦੇ ਜਿਹੜੇ ਸਨਅਤਕਾਰ ਨੇ ਉਹਨਾਂ ਨੂੰ ਬੁਲਾਇਆ, ਔਰ ਇਸ ਚੀਜ਼ ਲਈ ਕਿ ਆਪਾਂ ਕਿੱਦਾਂ ਪੰਜਾਬ 'ਚ ਹੋਰ ਰੁਜ਼ਗਾਰ ਇਨਵੈਸਟਮੈਂਟ ਵਧਾ ਸਕਦੇ ਹਾਂ। ਮੰਚ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਦਯੋਗ ਜਗਤ ਲਈ ਵੱਡੀਆਂ ਘੋਸ਼ਣਾਵਾਂ ਕੀਤੀਆਂ। ਉਹਨਾਂ ਇਸ ਆਯੋਜਨ ਨਾਲ ਲਗਭਗ 1,00,000 ਕਰੋੜ ਦੇ ਨਵੇਂ ਨਿਵੇਸ਼ ਹੋਣ ਦੀ ਸੰਭਾਵਨਾ ਜਤਾਈ। ਇਸ ਇਨਵੈਸਟ ਪੰਜਾਬ ਦੇ ਵਿੱਚ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਇੰਡਸਟਰੀਲਿਸਟ ਅਤੇ ਪਦਵੰਤੇ ਸੱਜਣੋ, ਮੈਨੂੰ ਬੜੀ ਖੁਸ਼ੀ ਹੈ ਅੱਜ ਤੁਹਾਡੇ ਵਿਚਕਾਰ ਆ ਕੇ ਇੰਡਸਟਰੀਲਿਸਟ ਪੰਜਾਬ ਦਾ ਭਵਿੱਖ ਹੈ, ਤੁਹਾਡੇ ਫਿਊਚਰ ਦੇ ਵਿੱਚ ਅਸੀਂ ਪੰਜਾਬ ਦਾ ਫਿਊਚਰ ਦੇਖ ਰਹੇ। ਤੁਸੀਂ ਕਾਮਯਾਬ ਹੋਵੋਗੇ ਤਾਂ ਪੰਜਾਬ ਨੇ ਤਰੱਕੀ ਕਰਨੀ ਹੈ। ਅੱਜ ਅਸੀਂ ਇੱਕ ਤੁਹਾਨੂੰ ਵਿਸ਼ਵਾਸ ਔਰ ਆਪਣੀ ਸਿੰਸੀਅਰਟੀ ਦਿਖਾਉਣ ਵਾਸਤੇ, ਅਮਲੀ ਜਾਮਾ ਗੱਲ ਨੂੰ ਦੇਣ ਵਾਸਤੇ ਪੂਰੀ ਕੈਬਨਿਟ ਨੂੰ ਤੁਹਾਡੇ ਵਿਚਕਾਰ ਲੁਧਿਆਣੇ ਲਿਖੀ ਆਏ, ਤਾਂ ਕਿ ਪੰਜਾਬ ਦਾ ਵਪਾਰੀ, ਪੰਜਾਬ ਦਾ ਦੁਕਾਨਦਾਰ ਇਹ ਸਮਝੇ, ਪੰਜਾਬ ਦਾ ਇੰਡਸਟਰੀਲਿਸਟ ਇਹ ਸਮਝੇ ਕਿ ਸਰਕਾਰ ਤੁਹਾਡੀ ਡਿਸਪੋਜ਼ਲ 'ਤੇ ਹੈ, ਤੁਹਾਨੂੰ ਚੰਗਾ ਬਣਾਉਣ ਲਈ, ਤੁਹਾਡੇ ਚੰਗੇ ਸੁਪਨੇ ਦੇਣ ਲਈ, ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਦਰ 'ਤੇ ਖੜ੍ਹੀ। ਇਸ ਲਈ ਅੱਜ ਅਸੀਂ ਕੈਬਨਿਟ ਦੀ ਮੀਟਿੰਗ ਵੀ ਲੁਧਿਆਣੇ ਦੇ ਵਿੱਚ ਕੀਤੀ, ਪਰ ਅਸੀਂ ਬੜੇ ਮਹੱਤਵਪੂਰਨ ਫੈਸਲੇ ਲਏ। ਉਹਦੇ ਵਿੱਚ ਤੁਹਾਡੀ ਡਿਮਾਂਡ ਹੈ ਇੱਕ ਤਾਂ ਵਪਾਰੀਆਂ ਦੀ, ਖਾਸ ਤੌਰ 'ਤੇ ਦੁਕਾਨਦਾਰਾਂ ਦੀ ਖਾਸ ਤੌਰ 'ਤੇ, ਕਿ ਜਿਹੜੇ ਵੈਟ ਦੇ ਕੇਸ ਚੱਲ ਰਹੇ ਹੈ 15-16 ਦੇ, 16-17 ਦੇ, 14-15 ਦੇ, ਉਹ 48,000 ਕੇਸ ਪੰਜਾਬ ਦੇ ਵਿੱਚ ਪੈਂਡਿੰਗ ਪਿਆ ਹੈ। ਸਾਡੇ ਟੈਕਸੇਸ਼ਨ ਦੇ ਅਧਿਕਾਰੀ ਬੁਲਾਉਂਦੇ ਹੈ, ਹਰ ਹਫ਼ਤੇ ਵਪਾਰੀ ਜਾਂਦਾ, ਗੱਲਾਂ ਬਾਤਾਂ ਕਰਕੇ ਮੋੜ ਦਿੰਦੇ ਹੈ, ਲੇਕਿਨ ਪਰੇਸ਼ਾਨ ਹੋ ਰਿਹਾ। ਇਸ ਲਈ 40,000 ਵੈਟ ਦੇ ਕੇਸ ਅੱਜ ਅਸੀਂ ਮੂਲ ਤੋਂ ਹੀ ਖਤਮ ਕਰਨ ਦਾ ਫੈਸਲਾ ਲੈ ਲਿਆ, ਕੇਸੇ ਖਤਮ ਕਰਨ, ਨਾ ਕੁਛ ਦੇਣਾ, ਨਾ ਕੁਛ ਲੈਣਾ, ਨਾ ਤੁਹਾਨੂੰ ਬੁਲਾਉਣਾ। ਤੁਹਾਡੇ 40,000 ਕੇਸਾਂ ਪਰ ਅਸੀਂ ਲੈਨ ਮਾਰਤੀ, ਅੱਜ ਕੋਈ ਪੈਸਾ ਨਹੀਂ ਲੈਣਾ, ਨਾ ਤੁਹਾਡੇ ਨਾਲ ਕੋਈ ਗੱਲ ਕਰ। 8,000 ਕੇਸ ਐਸੇ ਹੈ ਜਿਨ੍ਹਾਂ 'ਚ ਰਕਮ ਜ਼ਿਆਦਾ ਇਨਵੋਲਵ ਹੈ,
उहदे विच भी असीं इह फैसला करता कि तुसीं 100% छड्डो, 50% छड्डो, 30% पैसे सानूं जमा करा दो, असीं केस खत्म कर दे। इस मौके उद्योग जगत लई सरकार वल्लों एक विशेष ब्रोशर भी लॉन्च किया गया। इस प्रकार यह आयोजन बहुत ही सार्थक ढंग नाल उद्योग जगत नूं नवीं दिशा देने दे उद्देश नाल संपन्न हो गया। They say everything starts with a tiny thread, and if you catch hold of the right one, you may just weave the destiny you want. That's exactly how our story of spinning the smallest into the world's largest unfolds. From being a little known company, today we are the largest manufacturers of terry towels in the world, one of the biggest producers of wheat straw-based paper, among the foremost yarn spinners of the country, and a world leader in bed linen manufacturing. My inspiration is how to change the lives of people, how to engage more people, how to make them more happy. We are committed to nature, community, customers, employees. With the support of our members, our dream of becoming the biggest and the best will come true. We are Trident.